ਤੁਸੀਂ ਦੇਖੋ ਸਾਹਿਬਜ਼ਾਦਿਆਂ ਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ, ਸਾਡੇ ਪੰਜਾਬ ਸਰਕਾਰ ਦੇ ਸਿਲੇਬਸ ਦੇ ਵਿੱਚ ਕਿੰਨੀ ਕੁ ਜਾਣਕਾਰੀ ਹੈ, ਜਾਂ ਇੰਡੀਆ ਲੈਵਲ 'ਤੇ ਵੀ ਸੈਂਟਰ ਗੌਰਮੈਂਟ ਵੀ ਪ੍ਰਮੋਟ ਕਰ ਰਹੀ ਹੈ ਕਿ ਅਸੀਂ ਬਾਲ ਦਿਵਸ ਮਨਾ ਰਹੇ ਹਾਂ, ਲੇਕਿਨ ਉਹਨਾਂ ਦੇ ਕਿੰਨੇ ਕੁ ਚੈਪਟਰਸ ਹੈ, ਕਿੰਨੀ ਕੁ ਡਿਟੇਲ ਦੇ ਵਿੱਚ ਉਸਨੂੰ ਪੜ੍ਹਾਇਆ ਜਾ ਰਿਹਾ? ਜੇ ਕਿਤੇ ਇੱਕ ਅੱਧਾ ਚੈਪਟਰ ਛੋਟਾ ਮੋਟਾ ਹੈ, ਠੀਕ ਹੈ, ਉੱਥੇ ਗੱਲ ਖਤਮ ਹੋ ਜਾਂਦੀ ਹੈ, ਲੇਕਿਨ ਉਹ ਐਟ ਲੈਂਥ ਸਿੱਖ ਇਤਿਹਾਸ ਨੂੰ ਹੇਠਲੀ ਜਮਾਤਾਂ 'ਚ ਪੜ੍ਹਾਈ ਨਹੀਂ ਜਾ ਰਿਹਾ। ਸਿੱਖ ਹਿਸਟਰੀ ਛੱਡੋ, ਸਾਡੇ ਅਦਬੀ ਬਾਬੇ ਸਿੱਖ ਹਿਸਟਰੀ ਦੇ ਨਾਲ ਨਾਲ ਸਿੱਖ ਹਿਸਟਰੀ ਅਗਲੀਆਂ ਕਲਾਸਿਸ 'ਚ ਪੜ੍ਹਾਈ ਜਾ ਰਹੀ ਹੈ ਪਲੱਸ ਵਨ ਪਲੱਸ ਟੂ ਦੇ ਵਿੱਚ, ਲੇਕਿਨ ਪੰਜਵੀਂ ਦੇਖੋ ਕਲਾਸਿਸ ਕਰਦੇ ਹਾਂ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ, ਇਹ ਪੰਜ ਕਲਾਸਿਸ ਹੈ, ਇਹਨਾਂ ਦੇ ਵਿੱਚ ਸਿੱਖ ਇਤਿਹਾਸ ਦਾ ਵਰਣਨ ਜਿਹੜਾ ਹੈ ਬਹੁਤ ਥੋੜ੍ਹਾ ਹੈ, ਬਹੁਤ ਘੱਟ ਹੈ, ਚਾਹੀਦਾ ਜ਼ਿਆਦਾ। ਹੇਠਲੀਆਂ ਪੱਧਰ 'ਤੇ ਬੱਚੇ ਨੂੰ ਸਿੱਖ ਇਤਿਹਾਸ ਦੀ, ਸਾਡੇ ਲੋਕਲ ਨੋਟ ਸਿੱਖ ਇਤਿਹਾਸ, ਜਿਹੜਾ ਵੀ ਇਤਿਹਾਸ ਹੈ, ਜੇ ਤਮਿਲਨਾਡੂ 'ਚ ਰਹਿੰਦਾ ਕੋਈ ਬੰਦਾ, ਜੇ ਕਰਨਾਟਕ 'ਚ ਰਹਿੰਦਾ ਤਾਂ ਉਹਦੀ ਲੋਕਲ ਹਿਸਟਰੀ ਹੈਗੀ ਹੈ, ਜਿਹੜੀ ਲੋਕਲ ਹਿਸਟਰੀ ਹੈ ਸਾਡੇ ਪੰਜਾਬ ਦੀ ਉਹ ਸਿੱਖ ਹਿਸਟਰੀ ਹੈ। ਤਾਂ ਸਿੱਖ ਹਿਸਟਰੀ ਨੂੰ ਹੇਠਲੀਆਂ ਕਲਾਸਿਸ ਦੇ ਵਿੱਚ ਬਹੁਤ ਵਿਗਰਸਲੀ, ਬਹੁਤ ਐਕਸਪਲੇਨੇਸ਼ਨ ਦੇ ਨਾਲ ਪੜ੍ਹਾਉਣਾ ਚਾਹੀਦਾ, ਤਾਂ ਜੋ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਬੱਚਾ ਸਿੱਖ ਇਤਿਹਾਸ ਨਾਲ ਜੁੜ ਸਕੇ। ਹੁੰਦਾ ਕੀ ਹੈ, ਜਦੋਂ ਉਹ ਦਸਵੀਂ ਤੋਂ ਬਾਅਦ ਪਲੱਸ ਵਨ ਪਲੱਸ ਟੂ ਕਰਦਾ, ਕਿਸੇ ਨੇ ਰੱਖ ਲਈ ਕਾਮਰਸ, ਕਿਸੇ ਨੇ ਰੱਖ ਲਿਆ ਨੋਨ ਮੈਡੀਕਲ, ਕਿਸੇ ਨੇ ਰੱਖ ਲਿਆ ਮੈਡੀਕਲ, ਕੋਈ ਕਿਸੇ ਹੋਰ ਸਟ੍ਰੀਮ 'ਚ ਚਲਾ ਗਿਆ, ਉਹਨੇ ਤਾਂ ਅੱਗੇ ਨਹੀਂ ਪੜ੍ਹਿਆ ਨਾ, ਉਹ ਰਹਿ ਗਿਆ ਮੰਝ। ਜਿਹੜਾ ਆਰਟਸ ਵਾਲਾ ਉਹ ਪਲੱਸ ਵਨ ਪਲੱਸ ਟੂ 'ਚ ਸਿੱਖ ਇਤਿਹਾਸ ਪੜ੍ਹ ਲੈਂਦਾ, ਫਿਰ ਵੀ ਉੱਥੇ ਐਕਸਪਲੇਨੇਸ਼ਨ ਵਧੀਆ ਹੈਗੀ ਹੈ, ਲੇਕਿਨ ਉਸ ਲੈਵਲ ਦੇ ਵਿੱਚ ਥੱਲੇ ਵੀ ਜਿਹੜਾ ਹੈ ਕੰਮ ਹੋਣਾ ਚਾਹੀਦਾ, ਜਿਹੜਾ ਨਹੀਂ ਹੋ ਰਿਹਾ। ਸਿੱਖ ਇਤਿਹਾਸ ਦੇ ਨਾਲ ਨਾਲ ਅਦਬੀ ਬਾਬੇ ਸਾਡੇ ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ ਜਿਹੜੇ ਹੈ, ਪੀਲੂ ਹੈ, ਸ਼ਾਹ ਇਹ ਜਿਹੜੇ ਹੈ, ਬਾਬਾ ਫਰੀਦ ਹੈ, ਇਹਨਾਂ ਦੀ ਵੀ ਜੀਵਨੀਆਂ ਜਿਹੜੀਆਂ ਹੈ, ਪੰਜਾਬੀ ਅਦਬ ਦੇ ਲੋਕ ਹੈ ਜਿਹੜੇ, ਠੀਕ ਹੈ, ਇਹਨਾਂ ਦੀਆਂ ਜੀਵਨੀਆਂ, ਧਨੀ ਰਾਮ ਚਾਤ੍ਰਿਕ ਦੀ ਜੀਵਨੀ ਹੈ, ਨੰਦ ਲਾਲ ਨੂਰਪੁਰੀ ਦੀ ਜੀਵਨੀ ਹੈ, ਇਹਨਾਂ ਦਾ ਵੀ ਪੱਧਰ ਜਿਹੜਾ ਹੇਠਾਂ ਪੜ੍ਹਾਉਂਦੇ ਰਹਿਣਾ ਚਾਹੀਦਾ। ਲੇਕਿਨ ਉਹ ਇੱਕ ਜਾ ਕੇ ਦਸਵੀਂ 'ਚ ਚਾਰ ਚੈਪਟਰ ਪਾਤੇ ਤੁਸੀਂ ਪੰਜਾਬੀ ਦੀ ਕਿਤਾਬ 'ਚ, ਹੇਠਾਂ ਹੈ ਹੀ ਨਹੀਂ, ਉਹ ਬੱਚੇ ਲਈ ਇੱਕਦਮ ਐਂ ਲੱਗਦਾ ਕਿਹੜੀ ਦੁਨੀਆ 'ਚ ਆ ਗਿਆ, ਨਾ ਉਸਨੂੰ ਸਮਝ ਆਉਂਦਾ। ਫਿਰ ਉਹ ਜੇ ਉਸਨੇ ਥੱਲੇ ਵੀ ਬਾਬਾ ਫਰੀਦ ਬਾਰੇ ਥੋੜ੍ਹਾ ਜਿਹਾ ਪੜ੍ਹਿਆ, ਛੇਵੀਂ, ਸੱਤਵੀਂ, ਅੱਠਵੀਂ ਦੇ ਵਿੱਚ, ਚਾਹੇ ਉਹਨਾਂ ਦੀ ਜੀਵਨੀ ਉਹ ਪੜ੍ਹੀ ਹੈ, ਚਾਹੇ ਥੋੜ੍ਹੀ ਥੋੜ੍ਹੀਆਂ ਉਹਨਾਂ ਦੀਆਂ ਜਾਣਕਾਰੀਆਂ ਪੜ੍ਹੀਆਂ, ਇਸ ਤਰ੍ਹਾਂ ਸਾਡੇ ਫਰੀਡਮ ਫਾਈਟਰਸ ਹੈ, ਜਿਹੜਾ ਸਾਡਾ ਸਿਲੇਬਸ ਦਾ ਕੰਟੈਂਟ ਹੈ, ਟੀਚਰਸ ਵਧੀਆ ਬਣਾ ਸਕਦੇ ਹੈ, ਜਿਹੜੇ ਸਾਡੇ ਟੀਚਰਸ ਹੈਗੇ ਆ, ਜਿਹੜੇ ਸਕੂਲਾਂ 'ਚ ਐਜੂਕੇਸ਼ਨ ਨਾਲ ਜੂਝ ਰਹੇ ਹੈ, ਜਿਹੜੇ ਪੜ੍ਹਾ ਰਹੇ ਹੈ, ਜਿਹੜੇ ਕਲਾਸਰੂਮ ਦੇ ਵਿੱਚ ਟੀਚ ਕਰ ਰਹੇ ਹੈ, ਕੁਆਲੀਫਾਈਡ ਹੈ। ਹੁਣ ਤਾਂ ਟੈਟ ਰੱਖਤਾ ਸਰਕਾਰ ਨੇ, ਸੀਟੈਟ, ਪੀਟੈਟ ਵੀ ਹੈਗਾ, ਇੰਨੇ ਕੁਆਲੀਫਾਈਡ ਟੀਚਰਸ ਹੈਗੇ ਸਾਡੇ ਕੋਲ, ਇੰਨੇ ਇੰਟੈਲੀਜੈਂਟ, ਉਹਨਾਂ ਨੂੰ, ਉਹਨਾਂ ਤੋਂ ਸਿਲੇਬਸ ਬਣਵਾਏ ਜਾਣ, ਉਹਨਾਂ ਦੀ ਭਾਗੀਦਾਰੀ ਘੱਟ ਹੈ, ਔਰ ਬਿਊਰੋਕਰੈਟਸ ਜਿਹੜੇ ਹੈ ਸਿਲੇਬਸ ਬਣਾਉਣ ਦੇ ਵਿੱਚ ਰੋਲ, ਪਤਾ ਨਹੀਂ ਕਿੱਥੋਂ ਬਣ ਕੇ ਆਉਂਦਾ, ਕੌਣ ਬਣਾ ਰਿਹਾ, ਲੇਕਿਨ ਟੀਚਰਸ, ਆਮ ਟੀਚਰਸ ਜਿਹੜੇ ਹੈ, ਮੈਂ ਕਹਿੰਦਾ ਸਟੇਟ ਅਵਾਰਡ ਹੀ ਆਪਣੇ ਟੀਚਰ ਫੜ ਲਓ ਸਾਰੇ, ਬੜੇ ਇੰਟੈਲੀਜੈਂਟ, ਅਵਾਰਡਸ ਮਿਲੇ ਉਹਨਾਂ ਨੂੰ, ਆਪਾਂ ਹੀ ਦਿੱਤੇ ਹੋਏ ਹੈ, ਉਹਨਾਂ ਦੀ ਕਾਰਗੁਜ਼ਾਰੀ 'ਤੇ ਦਿੱਤੇ ਹੋਏ, ਬੜਾ ਵਧੀਆ ਕੰਟੈਂਟ ਬਣਾ ਸਕਦੇ ਹਾਂ। ਜੋ ਟੀਚਰ ਕੰਮ ਕਰ ਸਕਦਾ ਨਾ, ਉਹ ਕੰਟੈਂਟ ਬਣਾਉਣ ਦੇ ਵਿੱਚ, ਸਿਲੇਬਸ ਬਣਾਉਣ ਦੇ ਵਿੱਚ ਕੋਈ IAS ਆਫਿਸਰ ਜਿਹੜਾ ਹੈ ਨਹੀਂ ਕਰ ਸਕਦਾ, ਕੋਈ ਬਿਊਰੋਕਰੈਟ ਨਹੀਂ ਕਰਤਾ ਸਕਦਾ, ਸਾਡੀ ਪ੍ਰਣਾਲੀ ਜਿਹੜੀ ਹੈ ਉਦੋਂ ਹੀ ਠੀਕ ਬਣੂਗੀ, ਜਿਹੜੇ ਬੰਦੇ ਨੇ ਕਲਾਸ 'ਚ ਪੜ੍ਹਾਉਣਾ, ਜੇ ਸਿਲੇਬਸ ਵੀ ਉਸਨੇ ਬਣਾਇਆ ਹੋਇਆ, ਕੰਟੈਂਟ ਵੀ ਉਸਨੇ ਬਣਾਇਆ, ਤਾਂ ਉਹ ਸਹੀ ਬਣੇਗਾ, ਇਹ ਹੈ ਮੇਰਾ ਕਹਿਣਾ ਜੀ। ਸ਼੍ਰੀ ਚਮਕੌਰ ਸਾਹਿਬ ਹੈ, ਕੰਪਲਸਰੀ ਕੀਤਾ ਜਾਣਾ ਚਾਹੀਦਾ, ਅੱਜ ਕੱਲ੍ਹ ਸਾਹਿਬਜ਼ਾਦਿਆਂ ਦੀ ਜਿਹੜੀ ਹੈ ਚੱਲ ਰਿਹਾ, ਸ਼ਹਾਦਤ ਦੇ ਦਿਨ ਹੈਗੇ ਹੈ, ਔਰ ਦਿਲ ਜਿਹੜਾ ਹੈ ਅੰਦਰੋਂ, ਮਤਲਬ ਜੁੱਸਾ ਸਾਡਾ ਜਿਹੜਾ ਨਾ ਇੱਕਦਮ ਨੁੱਚੜ ਜਾਂਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਉਸ ਨੂੰ ਉੱਥੇ ਬੱਚਿਆਂ ਨੂੰ ਜਾ ਕੇ ਦਿਖਾਉਣਾ ਚਾਹੀਦਾ, ਉਹ ਪ੍ਰੈਕਟੀਕਲ ਜਿਹੜਾ ਹੈ ਸਾਡਾ ਸਿੱਖ ਇਤਿਹਾਸ ਦਾ, ਉਹ ਸਾਡਾ ਹਿੱਸਾ ਹੋਣਾ ਚਾਹੀਦਾ, ਸਾਡੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ। ਵੱਡੀਆਂ ਕਲਾਸਿਸ ਨਹੀਂ, ਛੇਵੀਂ, ਸੱਤਵੀਂ, ਅੱਠਵੀਂ ਤੋਂ ਹੋਣਾ ਚਾਹੀਦਾ, ਉੱਥੋਂ ਤਿਆਰੀ ਕਰਨ ਦੀ ਲੋੜ ਹੈ, ਪਨੀਰੀ ਤਿਆਰ ਕਰਦੇ ਨਾ ਆਪਾਂ, ਉਹ ਪਨੀਰੀ ਤਿਆਰ ਕਰਨ ਦੀ ਲੋੜ ਹੈ, ਹੌਲੀ 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 ਪਨੀਰੀ ਤਿਆਰ ਹੋਏਗੀ, ਉਹਨਾਂ ਦੇ ਜ਼ਹਿਨ ਦੇ ਵਿੱਚ ਚੀਜ਼ਾਂ ਹੋਣਗੀਆਂ, ਜਦੋਂ ਦਸਵੀਂ ਕਰਨਗੇ ਜਾਂ ਉਸ ਤੋਂ ਬਾਅਦ, ਉਹ ਆਪੇ ਫਿਰ ਲੱਗੇ ਰਹਿੰਦੇ ਹੈ। ਇੱਕ ਵਾਰੀ
ਚਿਣਗ ਲਗਾਉਣੀ ਹੁੰਦੀ ਹੈ ਬਸ, ਉਹ ਫਿਰ ਤਾਂ ਚੱਲਦਾ ਉਹ ਚੱਲੀ ਜਾਣਾ ਕੰਮ ਉਹਨਾਂ ਦਾ।